ਆਦਿ ਜਮੰਦਾ ਬਸ ਮੈਂ ਦੋ ਮਿੰਟ ਦੇ ਵਿੱਚ ਗੱਲ ਨੂੰ ਪੂਰਾ ਕਰਾਂਗਾ। ਸਭ ਭਾਈ ਬੈਂਸ ਦਾ ਪ੍ਰਚਾਰਕ ਸਭ ਕੁਛ ਦੱਸ ਚੁੱਕੇ ਨੇ, ਬੱਚੇ ਨੂੰ ਤੁਸੀਂ ਸਾਰੇ ਸਮਝਦੇ ਹੋ। ਮੈਂ ਸਿਰਫ ਇੰਨੀ ਗੱਲ ਦੱਸਣਾ ਚਾਹਾਂ ਕਿ 2004 ਚ ਜਦ ਮੈਂ ਪ੍ਰਭੂ ਯਸੂ ਜੀ ਨੂੰ ਕੋਲ ਕੀਤਾ ਤਾਂ ਪਹਿਲੇ ਜੋ ਪਾਸਟਰ ਗੁਰਦਾਸਪੁਰ ਪ੍ਰਚਾਰ ਕਰਨ ਆਉਂਦੇ ਸਨ ਉਹ ਭਾਈ ਰਾਜਪੂਤ ਸਨ, ਔਰ ਉਸ ਤੋਂ ਬਾਅਦ ਭਾਈ ਸੈਮਸਨ ਵਿਲੀਅਮ ਨੂੰ ਗੁਰਦਾਸਪੁਰ ਦਾ ਪਾਸਟਰ ਬਣਾ ਦਿੱਤਾ ਗਿਆ। ਔਰ ਬਾਕੀ ਮੈਂ ਬਹੁਤ ਪੁਰਾਣੇ ਲੋਕਾਂ ਦੇ ਨਾਲ ਜ਼ਿਆਦਾ ਨਹੀਂ ਮਿਲਿਆ, ਕਦੇ ਕਦੇ ਕਿਤੇ ਜਾ ਕੇ ਜ਼ਰੂਰ ਉਹਨਾਂ ਕੋਲੋਂ ਪ੍ਰਚਾਰ ਸੁਣਿਆ ਹੋਵੇਗਾ। ਪਰ ਮੈਂ ਜਿਸ ਚੀਜ਼ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਜੋ ਭਾਈ ਰਾਜਪੂਤ ਦਾ ਜੀਵਨ ਸੀ ਜਾਂ ਭਾਈ ਰਾਜਪੂਤ ਰਿਹਾ, ਜੋ ਮੈਂ ਉਸ ਤੋਂ ਸਿੱਖਿਆ ਉਹ ਸੀਗਾ ਜੋ ਅੱਜ ਦੇ ਪ੍ਰਚਾਰਕਾਂ ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਉਹਦਾ ਸੰਘਰਸ਼। ਹਾਲੇਲੂਯਾ। ਔਰ ਜਿੰਨਾ ਜਿਵੇਂ ਅਸੀਂ ਬਾਈਬਲ ਪੜ੍ਹਦੇ ਹਾਂ, ਪੌਲਸ ਕਹਿੰਦਾ ਕਿ ਸਾਨੂੰ ਮਸੀਹ ਦੇ ਪਿਆਰ ਤੋਂ ਕੌਣ ਵੱਖ ਕਰ ਸਕਦਾ ਆ, ਕਿ ਭੁੱਖਾਂ ਕੀ ਫਾਕੇ ਕੀ ਮੈਂ ਸਮਝਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ। ਔਰ ਮੈਂ ਬਹੁਤ ਪਰੇਸ਼ਾਨ ਇਹਨਾਂ ਗੱਲਾਂ ਚ ਇਸ ਕਰਕੇ ਹਾਂ ਕਿ ਜਦ ਮੈਂ ਪਿਛਲੇ ਮਹੀਨੇ ਗੁਰਦਾਸ ਦਾ ਪਤਾ ਲੈਣ ਆਇਆ, ਭਾਈ ਸੁਖਵਿੰਦਰ ਦੇ ਨਾਲ ਸੀ ਤੇ ਮੈਂ ਭਾਈ ਜੀ ਨਾਲ ਲੱਗ ਲਈ ਕਿ ਬਿਨਾਂ ਪੇਸ਼ਾ ਤੋਂ ਜਿੰਨਾ ਵਚਨ ਮਰਜ਼ੀ ਸਾਨੂੰ ਸਹੀ ਦੇ ਲਿਆ ਆ, ਪਰ ਜਿਸ ਦੇ ਨਾਲ ਸਰੀਰਕ ਤੌਰ ਤੇ ਇੱਕ ਲਗਾਵ ਹੁੰਦਾ ਆ ਉਸਦੇ ਜਾਣ ਦਾ ਦੁੱਖ ਵੀ ਜ਼ਰੂਰ ਹੁੰਦਾ ਆ। ਔਰ ਮੈਂ ਭਾਈ ਦਾਸ ਨੂੰ ਕਿਹਾ, ਮੈਂ ਕਿਹਾ ਇੱਕ ਮਾਸਟਰ ਜਾਰਜ ਵਿਲੀਅਮ ਸਨ ਜਿਸ ਨੂੰ ਮੈਂ ਆਪਣੇ ਹੋਸ਼ ਚ ਸੁਣਿਆ ਆ ਤੇ ਸਿੱਖਿਆ ਆ, ਉਸ ਤੋਂ ਬਾਅਦ ਭਾਈ ਸੈਮਸਨ ਵਿਲੀਅਮ ਸਨ ਤੇ ਤੀਸਰੇ ਤੁਸੀਂ ਸੀ, ਤੇ ਮੈਂ ਕਿਹਾ ਕਿ ਭਾਈ ਸੈਮਸਨ ਵਿਲੀਅਮ ਵੀ ਇਸ ਮਹੀਨੇ ਸਾਡੇ ਕੋਲ ਚਲੇ ਗਏ ਆ, ਤੇ ਹੁਣ ਪੁਰਾਣੇ ਬਜ਼ੁਰਗ ਪ੍ਰਚਾਰਕ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਦਾ ਰਿਹਾ ਆ ਉਹਨਾਂ ਚ ਮੇਰੇ ਕੋਲ ਸਿਰਫ ਤੁਸੀਂ ਹੀ ਰਹਿ ਗਏ ਹੋ। ਭਾਈ ਦਾਸ ਦੇ ਪਰਿਵਾਰ ਦੇ ਮੈਂਬਰ ਇਸ ਗੱਲ ਨੂੰ ਜ਼ਰੂਰ ਜਾਣਦੇ ਹੋ ਕਿ ਜਦ ਉਹਨਾਂ ਨੇ ਗੱਲ ਕਹੀ ਤੇ ਮੇਰੀਆਂ ਵੀ ਅੱਖਾਂ ਭਰ ਗਈਆਂ, ਭਾਈ ਦੀਆਂ ਅੱਖਾਂ ਭਰ ਗਈਆਂ, ਜਦ ਮੈਂ ਭਾਈ ਦੇ ਗਲੇ ਲੱਗਾ ਲੰਮੇ ਪਏ ਹੋਏ ਤੇ ਭਾਈ ਮੈਨੂੰ ਤਸੱਲੀ ਦੇ ਰਿਹਾ ਸੀ, ਉਸਨੇ ਕਿਹਾ ਕਿ ਅਯੂਬ ਦਾ ਪ੍ਰਚਾਰ ਹੀ ਨਹੀਂ ਕਰਨਾ, ਉਸਦਾ ਜੀਵਨ ਜੀਣਾ ਨਹੀਂ। ਹਾਲੇਲੂਯਾ। ਔਰ ਉਸਨੇ ਮੈਨੂੰ ਤਸੱਲੀ ਦਿੱਤੀ ਔਰ ਮੈਨੂੰ ਕਿਹਾ ਕਿ ਬੇਟਾ ਪ੍ਰਭੂ ਚ ਅੱਗੇ ਵੱਧਦੇ ਜਾਣਾ, ਘਬਰਾਉਣਾ ਨਹੀਂ। ਤੇ ਮੈਂ ਸਿਰਫ ਇਸੇ ਗੱਲ ਨੂੰ ਕਹਿਣ ਲੱਗਾ ਕਿ ਅੱਜ ਜੋ ਜਿਹਨੇ ਆਪਣਾ ਮੈਂ ਦੇਖਿਆ ਆਪਣੇ ਸੰਦੇਸ਼ ਦੇ ਅੰਦਰ, ਮੈਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਿਆ ਹੋਇਆ ਪੁਰਾਣੇ ਪ੍ਰਚਾਰਕਾਂ ਨੂੰ, ਪਰ ਪੁਰਾਣੇ ਪ੍ਰਚਾਰਕ ਸਾਡੇ ਕੋਲ ਮੁੱਕਦੇ ਜਾ ਰਹੇ ਹਨ। ਔਰ ਜਿਹਨੇ ਨਬੀ ਕਹਿੰਦਾ ਆ ਕਿ ਅੱਜ ਸਭ ਕੁਛ ਮਾਡਰਨ ਹੁੰਦਾ ਜਾ ਰਿਹਾ ਆ ਔਰ ਆਧੁਨਿਕ ਹੁੰਦਾ ਜਾ ਰਿਹਾ, ਅਸੀਂ ਸਾਨੂੰ ਚਾਹੀਦਾ ਕਿ ਸਾਡੇ ਕੋਲ ਪੁਰਾਣੀ ਸੋਚ ਦੇ ਪੁਰਾਣੇ ਕਿਸਮ ਦੇ ਪ੍ਰਚਾਰਕ ਹੋਣ। ਔਰ ਅੱਜ ਆਧੁਨਿਕਤਾ ਦੇ ਅੰਦਰ ਅਸੀਂ ਬਸ ਵਚਨ ਨੂੰ ਪਿੱਛੇ ਛੱਡਦੇ ਹੋਏ ਪੁਰਾਣੇ ਪ੍ਰਚਾਰਕਾਂ ਨੂੰ ਪਿੱਛੇ ਛੱਡਦੇ ਹੋਏ ਅੱਗੇ ਬਹੁਤ ਗਿਆਨ ਦੀਆਂ ਗੱਲਾਂ ਕਰ ਸਕਦੇ ਹਾਂ, ਪ੍ਰਕਾਸ਼ਨ ਦੀਆਂ ਗੱਲਾਂ ਕਰ ਸਕਦੇ ਹਾਂ, ਪਰ ਜੋ ਸੈਕਰੀਫਾਈਸ ਜੋ ਕੁਰਬਾਨੀ ਮੈਂ ਭਾਈ ਦਾਸ ਔਰ ਜੋ ਆਪਣੇ ਭਾਈ ਸ਼ਾਮ ਸਿੰਘ ਲਈ ਮੈਂ ਪੁਰਾਣੇ ਬਜ਼ੁਰਗਾਂ ਚੋਂ ਸਿੱਖਿਆ ਆ, ਮੈਂ ਅੱਜ ਸਭ ਨੂੰ ਕਹਿ ਰਿਹਾ ਮੈਂ ਅੱਜ ਦੇ ਪ੍ਰਚਾਰਕਾਂ ਚ ਬਿਲਕੁਲ ਨਹੀਂ ਦੇਖਦਾ। ਔਰ ਅੱਜ ਦੇ ਬਹੁਤ ਸਾਰੇ ਪ੍ਰਚਾਰਕਾਂ ਉੱਤੇ ਫੈਮਿਲੀ ਔਰ ਘਰੇਲੂ ਮੁਸ਼ਕਲਾਂ ਨੇ ਬੰਨ ਕੇ ਰੱਖਿਆ ਹੋਇਆ ਔਰ ਸੇਵਾ ਦੇ ਵਿੱਚ ਇੰਨਾ ਜੋਸ਼ ਜਾਂ ਇੰਨੀ ਕੁਰਬਾਨੀ ਨਹੀਂ ਆ, ਪਰ ਮੈਂ ਇਸ ਗੱਲ ਲਈ ਬੜਾ ਪਰੇਸ਼ਾਨ ਹਾਂ, ਮੈਂ ਦੁਖੀ ਨਹੀਂ ਹਾਂ, ਠੀਕ ਆ ਦੁੱਖ ਆ ਕਿ ਭਾਈ ਚਲਾ ਗਿਆ, ਮੈਨੂੰ ਤਸੱਲੀ ਵੀ ਅਸੀਂ ਮਿਲਾਂਗੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਅਗਰ ਤੁਸੀਂ ਤੁਹਾਡੇ ਕੋਲ ਅਗਰ ਕਿਸੇ ਵੀ ਕਿਸਮ ਦਾ ਕੋਈ ਪੁਰਾਣਾ ਪ੍ਰਚਾਰਕ ਹੈ ਤਾਂ ਤੁਹਾਨੂੰ ਉਸਨੂੰ ਸੰਭਾਲ ਕੇ ਰੱਖਣਾ ਚਾਹੀਦਾ, ਤੁਹਾਨੂੰ ਉਸਦੀ ਕਦਰ ਕਰਨੀ ਚਾਹੀਦੀ ਆ। ਹਾਲੇਲੂਯਾ। ਕਿਉਂਕਿ ਵਚਨ ਤੁਸੀਂ ਸੰਦੇਸ਼ਾਂ ਪੜ੍ਹ ਸਕਦੇ ਹੋ, ਬਹੁਤ ਸਾਰੇ ਨੌਜਵਾਨ ਪ੍ਰਚਾਰਕਾਂ ਕੋਲੋਂ ਸਿੱਖ ਸਕਦੇ ਹੋ, ਪਰ ਤਜਰਬਾ ਨਵੇਂ ਕੋਲੋਂ ਨਹੀਂ ਮਿਲਦਾ, ਤਜਰਬਾ ਹਮੇਸ਼ਾ ਪੁਰਾਣੇ ਕੋਲੋਂ ਮਿਲਦਾ ਹੈ। ਹਾਲੇਲੂਯਾ। ਔਰ ਅੱਜ ਮੈਂ ਆਪਣੇ ਆਪ ਨੂੰ ਬੜਾ ਇਕੱਲਾ ਜਿਹਾ ਮਹਿਸੂਸ ਕਰਦਾ ਹਾਂ, ਮੇਰੇ ਕੋਲ ਭਾਈ ਬਹੁਤ ਹਨ, ਗੁਰਦਾਸਪੁਰ ਚ ਪਠਾਨਕੋਟ ਚ ਹਰ ਥਾਂ ਤੇ ਭਾਈ ਬਹੁਤ ਨੇ, ਪਰ ਤਜਰਬਾ ਜੋ ਇੱਕ ਮੇਰਾ ਭਾਈ ਗੁਰਦਾਸਪੁਰ ਤੋਂ ਸੀਗਾ ਉਹਦੇ ਜੋ ਮੈਨੂੰ ਬੜੀ ਵਧੀਆ, ਤੁਸੀਂ ਇਸ ਨੂੰ ਨੈਗੇਟਿਵ ਵੀ ਲੈ ਸਕਦੇ ਹੋ। ਬਹੁਤ ਸਾਲ ਪਹਿਲਾਂ ਭਾਈ ਦਾਸ ਮਿੰਟ ਨੂੰ ਇੱਕ ਗੱਲ ਕਹੀ ਜਾਂਦੀ ਹੈ ਬਹੁਤ ਸਾਰੇ ਸੇਵਾਦਾਰਾਂ ਵੱਲੋਂ, ਪਰ ਤੁਸੀਂ ਘਰ ਦਾ ਧਿਆਨ ਨਹੀਂ ਰੱਖਦੇ, ਤੁਹਾਡੇ ਬੱਚੇ ਤੁਹਾਡੀ ਪਤਨੀ ਤੁਸੀਂ ਘਰ ਦਾ ਧਿਆਨ ਨਹੀਂ ਰੱਖਦੇ। ਭਾਈ ਨੇ ਕਿਹਾ ਜੇ ਮੈਂ ਮਰ ਗਿਆ ਹੁੰਦਾ ਫਿਰ ਮੈਨੂੰ ਪ੍ਰਭੂ ਨੇ ਜੀਵਨ ਦਿੱਤਾ ਹੋਇਆ ਤੇ ਮੈਂ ਪ੍ਰਭੂ ਦੇ ਹੀ ਲਈ ਦੇ ਦਿੱਤਾ ਹੋਇਆ। ਔਰ ਪ੍ਰਭੂ ਤੁਹਾਨੂੰ ਸਭ ਨੂੰ ਸ਼ਾਂਤੀ ਦੇਵੇ, ਬਰਕਤ ਦੇਵੇ। ਮੈਂ ਬਸ ਇਸੇ ਗੱਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਤਜਰਬਾ ਹਾਸਲ ਕਰਨਾ ਚਾਹੀਦਾ, ਅਗਰ ਕਿਸੇ ਕੋਲ ਹੈ ਤੁਹਾਡੇ ਕੋਲ ਕੋਈ ਸਿਆਣਾ ਕੋਈ ਪੁਰਾਣਾ ਕੋਈ ਕਿਸੇ ਵੀ ਗਰੁੱਪ ਦਾ ਹੋਵੇ, ਆਨ ਟਾਈਮ ਮੈਸੇਜ ਦਾ ਕੋਈ ਵੀ ਪ੍ਰਚਾਰਕ ਹੈ, ਤੁਹਾਨੂੰ ਉਹਦੇ ਕੋਲ ਤਜਰਬਾ ਹਾਸਲ ਕਰਨਾ ਚਾਹੀਦਾ।